ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿਉਂਕਿ ਬਜਾਏ ਇਹਦੇ ਕਿ ਮੈਂ ਇੰਨਾ ਜਾਵਾਂ ਕਿ 1985 ਦੇ ਵਿੱਚ ਤੁਸੀਂ ਪੰਜਾਬ ਪੁਲਿਸ ਜਿਹੜੀ ਸੀ ਉਹ ਜੁਆਇਨ ਕੀਤੀ ਜੀ। ਕਿੰਨਾ ਸਮਾਂ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਰਹੇ ਔਰ ਕਿਹੜੇ ਅਹੁਦੇ 'ਤੇ ਰਹੇ, ਤਕਰੀਬਨ ਕਿੱਥੇ ਕੁ ਡਿਊਟੀ ਰਹੀ ਤੁਹਾਡੀ? ਅੱਛਾ ਜੀ, ਮੈਂ 31 85 ਨੂੰ ਭਰਤੀ ਹੋਇਆ ਸੀਗਾ ਜੀ। ਤਕਰੀਬਨ ਮੈਂ 6 ਸਾਲ ਦਾ ਜੱਜਾਂ ਨਾਲ ਗਨਮੈਨ ਰਿਹਾ ਜੀ। ਅੱਛਾ ਜੀ। ਅਤੇ ਉਸ ਤੋਂ ਬਾਅਦ ਸਿਟੀ ਮੋਗਾ, CI ਮੋਗਾ, ਮਹਿਣਾ ਥਾਣਾ ਮਹਿਣਾ, ਇੱਥੇ ਵੀ ਜੇ ਡਿਊਟੀ ਕੀਤੀ ਹੈ। ਇਹ ਜਿਹੜੀ ਮੈਂ ਮੁਕਾਬਲਿਆਂ ਦੀ ਆਵਾਜ਼ ਉਠਾਈ ਹੈ, ਇਹ ਸਾਰੇ CI ਸਟਾਫ ਮੋਗਾ ਦੇ ਵਿੱਚ ਹੋਏ। 91 ਔਰ 92 93 ਤਕਰੀਬਨ 93 ਤੱਕ ਤੁਸੀਂ ਫਿਰ ਨੌਕਰੀ 'ਚ ਰਹੇ? ਹਾਂਜੀ, ਨੌਕਰੀ 93 ਤੱਕ ਰਹੇ। ਪਰਿਵਾਰ ਹੀ ਲੜਾਈ ਜਿਹੜੀ ਦੀ ਉਹ ਛੱਡ ਗਏ, ਫਿਰ ਕਿਹੜੀ ਚੀਜ਼ ਆ ਤੁਹਾਨੂੰ ਜਿਹੜੀ ਉਹ ਤੋਰੀ ਜਾ ਰਹੀ ਹੈ ਵੀ ਨਹੀਂ ਮੈਂ ਤਾਂ ਇਹ ਲੜਾਈ ਲੜਨੀ ਹੈ? ਦੇਖੋ ਜੀ, ਸਾਡੀ ਜਿਹੜੀ ਕੌਮ ਹੈ ਨਾ, ਸਿੱਖ ਕੌਮ, ਗੁਰੂ ਸਾਹਿਬ ਨੇ ਇੱਕ ਇਹੋ ਜਿਹਾ ਵਿੱਚ ਇਹਦੇ ਵਿੱਚ ਅੰਸ਼ ਛੱਡਤਾ, ਉਹ ਖਤਮ ਨਹੀਂ ਹੋ ਸਕਦਾ। ਤੁਹਾਡੇ ਉੱਤੇ ਫਿਰ ਪ੍ਰੈਸ਼ਰ ਜਿਹੜਾ ਜੀ ਉਹ ਪੁਲਿਸ ਦਾ ਕਿਹੋ ਜਿਹਾ ਰਹਿੰਦਾ ਜਾਂ ਰਿਹਾ ਪਿਛਲੇ ਸਮੇਂ 'ਚ? ਪਿਛਲੇ ਸਮੇਂ ਜਿਹੜਾ ਪ੍ਰੈਸ਼ਰ ਆ ਜੀ, ਉਹਦਾ ਬਹੁਤ ਬੁਰਾ ਸਿੱਟਾ ਨਿਕਲਿਆ ਜੀ। ਫਾਦਰ ਸਾਹਿਬ ਨੂੰ 6 ਵਾਰੀ ਲਗਾਏ ਅਤੇ 6 ਵਾਰੀ ਕੁੱਟਿਆ। ਬੱਚੇ, ਤੁਸੀਂ ਕਿਹਾ ਬੇਟੀ ਦੀ ਐਡਮਿਸ਼ਨ ਨਹੀਂ ਹੋ ਸਕੀ, ਬੇਟਾ ਸੰਘਰਸ਼ ਕਰੀ ਜਾਂਦਾ, ਬੱਚੇ ਨਹੀਂ ਰੋਕਦੇ, ਵੀ ਇਹ ਕੀ ਪੰਗੇ ਲਏ ਹੋਏ? ਬੱਚੇ ਤਾਂ ਜੀ, ਮੈਂ ਹੁਣ ਤੁਹਾਨੂੰ ਦੱਸਾਂ, ਮੇਰੇ ਪਰਿਵਾਰ ਦੇ ਬੱਚੇ, ਰਿਸ਼ਤੇਦਾਰ, ਮੈਨੂੰ ਕਿਹੜੇ ਲਾਈਨ ਨੂੰ ਚੱਲ ਪਿਆ? ਹੋਰ ਸੱਜਣ ਮਿੱਤਰ ਮੇਰੇ, ਯਾਰ ਦੋਸਤ ਕਹਿੰਦੇ ਤੂੰ ਕਿਹੜੀ ਲਾਈਨ ਨੂੰ ਚੱਲ ਰਿਹਾ, ਸਾਰੀ ਦੁਨੀਆ ਬਦਲ ਗਈ। ਮੈਂ ਦੁਨੀਆ ਬਦਲ ਗਈ, ਮੈਂ ਨਹੀਂ ਬਦਲਣਾ, ਮੈਂ ਨਹੀਂ ਬਦਲਣਾ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ। ਜੇ ਇਸ ਤਰ੍ਹਾਂ ਖਤਮ ਹੁੰਦੀ ਹੁੰਦੀ ਤਾਂ ਫਿਰ ਖਤਮ ਹੋ ਜੂ, ਖਤਮ ਨਹੀਂ ਹੋਣ ਦੇਣੀ। ਸਰਕਾਰ ਨੇ ਜ਼ਿੰਮੇਵਾਰੀ ਲਈ ਸੀ, ਬਾਦਲ ਸਰਕਾਰ ਨੇ, ਵੀ ਮੈਂ ਪੁਲਿਸ ਦੇ ਜਿੰਨੇ ਕੇਸ ਪਏ ਆ ਮੈਂ ਤੁਹਾਡੀ ਮਦਦ ਕਰੂੰਗਾ। ਇਹ ਕਿਹੜੇ ਸਾਲ ਦੀ ਗੱਲ ਹੈ ਜੀ? ਇਹ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਨੇ ਪੁਲਿਸ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਲਈ? ਹਾਂਜੀ, ਜ਼ਿੰਮੇਵਾਰੀ ਲਈ ਸੀ ਇਹਨਾਂ ਨੇ। ਅਖਬਾਰਾਂ ਦਾ ਬਿਆਨ, ਅਖਬਾਰ ਵੀ ਮੇਰੇ ਕੋਲ ਕੱਟੀ ਪਈ ਹੈ। ਪੁਲਿਸ ਦੀ ਮਦਦ ਹੋਈ ਹੈ, ਸਾਡੀ ਮਦਦ ਤਾਂ ਬਹੁਤ ਦੂਰ ਦੀਆਂ ਗੱਲਾਂ। ਅਤੇ ਜਿਵੇਂ DSP ਦਰਸ਼ਨ ਸਿੰਘ ਕੰਧ ਵਾਲਾ, ਉਹ ਮੇਰੇ ਘਰ 2-3 ਵਾਰੀ ਗਿਆ, ਅਤੇ ਉਹ ਮੈਨੂੰ ਕਹਿੰਦਾ ਸੀ ਅਸੀਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਕਿਹਾ ਗਲਤ ਉਹ ਵੀ ਵਿੱਚ ਹੀ ਆ। ਉਹਨੇ ਦੂਜਾ ਬਲਦੇਵ ਸਿੰਘ ਕਰਮਿੱਤੀ ਨੂੰ ਗੋਲੀ ਉਹਨੇ ਮਾਰੀ, 6 ਗੋਲੀਆਂ ਮਾਰੀਆਂ ਸੀਗੀਆਂ। ਪੁਲਿਸ ਨੇ ਤਾਂ ਏਦੋਂ ਵੱਡੇ ਦਰਦਨਾਕ ਕੰਮ ਕੀਤੇ ਆ, ਬੱਚਿਆਂ ਦੇ ਲੁੱਕ ਪਾ ਕੇ, ਸਾਰਾ ਪਰਿਵਾਰ ਜੀਰੇ ਕੋਲ, ਤੁਸੀਂ ਦੇਖਿਆ 7 ਜੀ ਮਾਰੇ ਸੀਗੇ ਲੁੱਕ ਪਾ ਕੇ। ਕਿੰਨੇ ਕੁ ਅਫਸਰ ਜਿਹੜੇ ਆ ਉਹ ਪੰਜਾਬ 'ਚ ਰਹਿੰਦੇ ਆ ਜਿਹਨਾਂ ਜਿਹੜੇ ਇਹਨਾਂ ਮੁਕਾਬਲਿਆਂ ਦੇ ਵਿੱਚ ਤੁਸੀਂ ਕੇਸ ਲਏ? ਤਕਰੀਬਨ 5-4 ਬਾਹਰ ਆ, ਬਾਕੀ ਤਾਂ ਸਾਰੇ ਪੰਜਾਬ 'ਚ ਹੀ ਹੈ ਜਿਹੜੇ ਹੈਗੇ ਨੇ। ਜਿਵੇਂ ਤੁਸੀਂ ਕਹਿੰਦੇ ਹੋ ਕਿ ਉਹਦੇ ਘਰ ਦਾ ਤੁਸੀਂ ਆਪ ਜਿਹੜਾ ਜੀ ਉਹ ਪਤਾ ਕਰਨ ਚਲੇ ਗਏ ਕਿ ਕਿੱਥੇ ਜਿਹੜਾ ਜੀ ਉਹ ਰਹਿੰਦਾ, ਤੋ ਸਤਵੰਤ ਸਿੰਘ ਜੀ ਤੁਹਾਨੂੰ ਲੱਗਦਾ ਤੁਸੀਂ ਅੱਗ ਨਾਲ ਖੇਡ ਰਹੇ ਹੋ? ਅਤੇ ਜਦੋਂ ਹੈ ਵੀ ਸ਼ਹਿਰ ਉਖਲੀ 'ਚ ਦਿੱਤਾ, ਸੱਟਾਂ ਦਾ ਕੀ ਡਰ ਹੈ? ਦੋ ਜਿਹੜੇ ਮਣਕੇ ਆ ਦਬੇ ਹੋਏ ਆ। ਤੁਹਾਨੂੰ ਇੰਟਰੋਗੇਟ ਕੀਤਾ? ਹਾਂਜੀ ਹਾਂਜੀ, ਮੇਰੇ ਪੱਟ ਪੁੱਟ ਪਾੜੇ ਚੰਗੀ ਤਰ੍ਹਾਂ, 42 ਦਿਨ ਇੰਟਰੋਗੇਸ਼ਨ ਕੀਤਾ। ਕਿਸ ਕੇਸ 'ਚ? ਅਤੇ ਇਸੇ ਕੇਸ 'ਚ ਵੀ, ਮਤਲਬ ਤੂੰ ਆਵਾਜ਼ ਤੋਂ ਉਠਾਈ ਹੈ। ਅੱਛਾ ਜੀ, ਸਭ ਤੋਂ ਇੱਕ ਹੋਰ ਮਤਲਬ ਡਰਾਉਣੀ ਪਿਕਚਰ ਹੈ, ਬਰਜਿੰਦਰ ਸਿੰਘ ਬਿਜਲੀ ਵਾਲਾ ਸੀਗਾ ਜੀ। ਇਹਦੇ 2 ਬੇਟੀਆਂ ਹੋਈਆਂ ਸੀ, ਕਣੀਆਂ ਵਾਲਾ ਪਿੰਡ ਬਾਘੇ ਪੁਰਾਣੇ ਦੇ ਕੋਲ ਹੈ ਜੀ। ਇਹਦੇ ਘਰ ਵਾਲੀ ਕੋਲ ਬੇਟੀਆਂ ਸੀ, ਇਹ ਸਹੁਰੀ ਗਿਆ ਸੀਗਾ ਜੀ। ਸੰਪੂਰਨ ਸਿੰਘ ASI ਉੱਥੋਂ ਚੱਕ ਕੇ ਲਿਆ, ਉੱਥੋਂ ਚੱਕ ਕੇ ਲਿਆ ਅਤੇ ਉਹਨੂੰ ਕਹਿੰਦਾ ਵੀ ਕੋਈ ਨਹੀਂ, ਪੁੱਛਦਾਸੀ ਕਰਨੀ ਹੈ। ਉਹ ਬਿਜਲੀ ਬੋਰਡ 'ਚ ਮੁਲਾਜ਼ਮ ਸੀ ਮੁੰਡਾ। ਅੱਛਾ ਜੀ, ਕੀ ਹੋਇਆ ਜੀ, 8 ਦਿਨਾਂ ਬਾਅਦ ਉਹਦੇ ਘਰ ਵਾਲੀ ਇੰਦਰਜੀਤ ਕੌਰ ਅਤੇ ਉਹਦੀ ਭਰਜਾਈ ਮਨਜੀਤ ਕੌਰ, ਉਹ ਕੋਤਵਾਲੀ ਫਰੀਦਕੋਟ ਮਿਲਣ ਗਈਆਂ, ਮਲਾਤਾ ਇਹਨਾਂ ਨੂੰ। ਉਹਨੂੰ ਕਹਿੰਦੇ ਵੀ ਕੁੱਟਿਆ ਕੱਟਿਆ ਜ਼ਿਆਦੇ ਆ ਅਤੇ ਛੱਡ ਦਿਆਂਗੇ। ਹੁਣ ਇਹ ਵੇਖੋ ਜੀ, 10-12 ਦਿਨ ਦੀਆਂ ਬੱਚੀਆਂ 2 ਨਾਲ ਲੈ ਕੇ ਗਈਆਂ, ਜੋੜੀਆਂ ਬੇਟੀਆਂ ਹੋਈਆਂ ਸੀਗੀਆਂ। ਪੁਲਿਸ ਨੂੰ ਕੋਈ ਤਰਸ ਨਹੀਂ ਆ ਵੀ ਇਹ ਨਿੱਕੇ ਨਿੱਕਿਆਂ ਬੱਚਿਆਂ ਦਾ ਬਾਪ ਹੈ ਅਤੇ ਕੋਈ ਐਡਾ ਕੋਈ ਗੁਨਾਹ ਨਹੀਂ। ਕੋਈ ਮਗਰਸਾਈਕਲ ਦੇ ਮਗਰ ਬਹਿ ਕੇ, ਜਿਹਨੇ ਕਹਿਤਾ ਇਹਦੇ ਮਗਰਸਾਈਕਲ ਦੇ ਮਗਰ ਬਹਿ ਕੇ ਆਏ, ਉਹ ਸਾਈਕਲ ਹੀ ਚੱਲਦੇ ਸੀਗੇ ਅਤੇ ਉਹ ਡਿਊਟੀ 'ਤੇ ਆ ਰਿਹਾ, ਇੱਕ ਮਗਰ ਬਹਿ ਕੇ ਆ ਗਿਆ ਅਤੇ ਕਿੱਡਾ ਕੁ ਗੁਨਾਹ ਕੀਤਾ ਜੀ ਉਹਨੇ। ਉਹ ਬਿਲਕੁਲ ਹੀ, ਇਹ ਬੜੀ ਅਚੰਭੇ ਵਾਲੀ ਗੱਲ ਹੈ ਵੀ ਕਿਸੇ ਨੂੰ ਹੱਥ ਦੇ ਦੇਣਾ, ਮੈਨੂੰ ਬਾਬਾ ਕੇ ਲੈ ਜਾ, ਅਤੇ ਬੱਚਿਆਂ ਵੱਲ ਨੂੰ ਨਹੀਂ ਸੋਚਿਆ, ਉਹਦੇ ਬੱਚਿਆਂ ਨੇ ਵੀ ਨਹੀਂ ਸੋਚਿਆ, ਅਤੇ ਬਸ ਪੁਲਿਸ ਨੇ ਮੁਕਾਬਲਾ ਬਣਾ ਕੇ ਅਤੇ
ਫਿਰ ਮੁਕਾਬਲਾ ਕਿਸ ਤਰੀਕੇ ਨਾਲ ਵੱਡੀਆਂ ਜਿਹੜੇ ਰਾਜਸਥਾਨ ਵਾਲੀ ਨਹਿਰ ਹੈ ਨਾ, ਤੁਸੀਂ ਦੀ ਲਾਸਟ ਕਿਲੀ ਵੇਖੀ ਹੈ, ਉਹਦੇ ਵਿੱਚ ਮੈਂ ਜਿਹੜੀ ਨਹਿਰ ਵਿਖਾਈ ਹੈ ਉਸ ਨਹਿਰ ਦੇ ਉੱਤੇ ਗੁਰਮੇਜ ਸਿੰਘ ਢੋਲਾ ਇੰਸਪੈਕਟਰ ਮੈਂ ਨਾਲ ਸੀਗਾ ਜੀ। ਅੱਛਾ, ਮੈਂ ਨਾਲ ਸੀ, ਮੈਂ ਅਗਲੇ ਪਾਸੇ ਮੈਂ ਅਤੇ ਇੱਕ ਅਜਮੇਰ ਸਿੰਘ ਹੁਣ ਹੌਲਦਾਰ ਮੁੰਡਾ ਅਤੇ ਅਗਲੇ ਪਾਸੇ ਖੜ੍ਹੇ ਹਾਂ। ਅਤੇ ਇਹਨਾਂ ਨੇ ਕੀ ਕੀਤਾ, ਜਿਹੜੇ ਗੁਰਮੇਜ ਸਿੰਘ ਦੇ ਗਨਮੈਨ ਸੀ ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ, ਉਹਨਾਂ ਨੇ ਗੋਲੀਆਂ ਮਾਰੀਆਂ ਦੇ ਧੌਣ 'ਚ। ਇੱਕ ਨਿਰਮਲ ਸਿੰਘ ਰਾਜੇਆਣਾ ਦਾ ਮੁਕਾਬਲਾ ਉੱਥੇ ਵਿਖਾਇਆ ਸੀਗਾ ਅਤੇ ਇੱਕ ਵਿਖਾਇਆ ਸੀ ਬਲਜਿੰਦਰ ਸਿੰਘ ਬੀਲੀਆਏ ਦਾ। ਇਹ ਜਿਹੜਾ ਬਲਵਿੰਦਰ ਸਿੰਘ ਬਲਜਿੰਦਰ ਸਿੰਘ ਦੋ ਨਾਂ ਇੱਕੇ ਉਰਫ ਪੈਂਦਾ ਇਹ। ਅੱਛਾ ਜੀ, ਇਹਨੇ ਜਦੋਂ ਗੋਲੀਆਂ ਮਾਰਤੀਆਂ ਮਰ ਗਿਆ, ਉਦੋਂ ਬਾਅਦ ਫਿਰ ਇਹਦੀ ਧੌਣ ਕੱਟੀ ਕਾਪੇ ਨਾਲ। ਅੱਛਾ, ਕਾਪੇ ਨਾਲ ਧੌਣ ਕੱਟੀ ਅਤੇ ਸਿਰ ਉਹਦਾ ਸੱਟਦਾ ਨਹਿਰ ਦੇ ਵਿੱਚ, ਫਿਰ ਉਹ ਕਾਪੇ ਨਾਲ ਅਤੇ ਕਿਰਪਾਨ ਨਾਲ ਉਹਦਾ ਪੇਟ ਪਾੜਿਆ। ਕਿਹਨੇ ਕੱਟੇ ਉਹ? ਇਹ ਜਾਂ ਮੁਖਤਿਆਰ ਸਿੰਘ ਸੀਗਾ ਸਿਪਾਹੀ, ਇੱਕ ਚਮਨ ਲਾਲ ਸੀ ਸਿਪਾਹੀ, ਇਹ ਇੱਕ ਕਟਵਾਏ ਕਿਹਨੇ? ਗੁਰਮੇਜ ਸਿੰਘ ਇੰਸਪੈਕਟਰ ਢੋਲੇ ਨੇ। ਅੱਛਾ ਅੱਛਾ ਜੀ, ਉਹਦੀ ਡੈੱਡ ਬਾਡੀ ਜਿਹੜੀ ਨਹਿਰ 'ਚ ਰੋੜਤੀ। ਅਤੇ ਜਿਹੜਾ ਨਿਰਮਲ ਸਿੰਘ ਨਿੰਮਾ ਸੀਗਾ, ਨਿਰਮਲ ਸਿੰਘ ਨਿੰਮੇ ਦੀ ਡੈੱਡ ਬਾਡੀ ਆ ਕੇ ਸਦਰ ਮਤਲਬ ਵੀ ਫਰੀਦਕੋਟ ਉੱਥੇ ਜਮ੍ਹਾਂ ਕਰ, ਉਹਨਾਂ ਨੇ ਪਤਾ ਨਹੀਂ ਉਹ ਸਾੜੀ ਹੈ ਜਾਂ ਕਿੱਥੇ ਕੀਤੀ, ਉਹ ਉਹਨਾਂ ਨੂੰ ਪਤਾ।